ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਹੋਰ ਠੀਕ ਠਾਕ ਹੋ? ਆਈ ਹੋਪ ਸਾਰੇ ਵਧੀਆ ਹੀ ਹੋਵੋਗੇ। ਤੁਸੀਂ ਦੇਖ ਰਹੇ ਹੋ ਦੇਸੀ ਟੂਟ ਬਲੌਗਸ ਯੂਟਿਊਬ ਦੇ ਉੱਤੇ ਚੈਨਲ ਆ, ਅਤੇ ਤੁਸੀਂ ਵੀ ਕਹਿੰਦੇ ਹੋ ਕਿ ਅੱਜ ਮਨਿੰਦਰ ਬਹੁਤ ਖੁਸ਼ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਇੱਕ ਗਿਵਵੇ ਵਿਨ ਕੀਤਾ ਸੀਗਾ, ਤੁਹਾਡੀ ਸਾਰਿਆਂ ਦੀ ਸਪੋਰਟ ਨਾਲ ਹੀ ਮੈਂ ਵਿਨ ਕੀਤਾ ਸੀਗਾ ਉਹ। ਅਤੇ ਇੱਕ ਮੇਰੇ ਨਾਲ ਸੈਕਿੰਡ ਜਿਹੜਾ ਵਿਨਰ ਆਇਆ ਸੀਗਾ ਉਹ ਸੀਗਾ ਲੁਧਿਆਣੇ ਤੋਂ ਮੁੰਡਾ ਹਰਜੀਤ ਸਿੰਘ ਜੰਡੂ, ਅਤੇ ਮੇਰੇ ਨਾਲ ਉਹ ਜਾ ਰਿਹਾ ਵਾ ਟ੍ਰਿਪ ਦੇ ਉੱਤੇ। ਪਿਛਲੇ ਸਾਲ ਅਸੀਂ ਜਾਣਾ ਸੀਗਾ ਫੈਬ ਦੇ ਵਿੱਚ, ਅਸੀਂ ਵਿਨ ਕੀਤਾ ਸੀਗਾ ਟ੍ਰਿਪ ਇਹ, ਅਤੇ ਮਾਰਚ ਅਪ੍ਰੈਲ ਦੇ ਵਿੱਚ ਅਸੀਂ ਜਾਣਾ ਸੀਗਾ ਟ੍ਰਿਪ 'ਤੇ, ਅਤੇ ਕੋਵਿਡ ਦੇ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਲੋਕਡਾਊਨ ਲੱਗ ਚੁੱਕਿਆ ਸੀਗਾ। ਲੋਕਡਾਊਨ ਦੇ ਕਾਰਨ ਅਸੀਂ ਜਾ ਸਕਦੇ ਨਹੀਂ ਸੀਗੇ, ਇੰਟਰਨੈਸ਼ਨਲ ਫਲੈਟਾਂ ਸਾਰੀਆਂ ਬੰਦ ਸੀਗੀਆਂ। ਫਿਰ ਹੈਪੀ ਵੀਰ ਨਾਲ ਗੱਲ ਹੋਈ ਜੋ ਕਿ ਦੇਸੀ ਟੂਟਸ ਬਲੌਗਸ ਵਾਲੇ ਨੇ, ਉਹ ਕਹਿੰਦਾ ਵੀਰਾਂ ਨੇ ਵੀ ਕਿਹਾ ਸਾਨੂੰ ਵੀ ਆਪਾਂ ਕੋਈ ਰਿਸਕ ਲੈ ਕੇ ਨਹੀਂ ਚੱਲਣਾ ਹੈਗਾ, ਵੀ ਕੱਲ੍ਹ ਨੂੰ ਕੋਈ ਤੁਹਾਡੇ ਨਾਲ ਆਪਾਂ ਚਲੇ ਵੀ ਜਾਈਏ ਉੱਥੇ ਜਾ ਕੇ ਆਪਾਂ ਨੂੰ ਕੋਈ ਕੱਲ੍ਹ ਨੂੰ ਪ੍ਰੋਬਲਮ ਆ ਜਾਵੇ, ਕੋਈ ਬਿਮਾਰੀ ਲੱਗ ਜਾਵੇ, ਕਿਉਂਕਿ ਉਸ ਟਾਈਮ ਦੇ ਉੱਤੇ ਸਾਰਿਆਂ ਨੂੰ ਪਤਾ ਹੀ ਹੈ ਵੀ ਲੋਕਡਾਊਨ ਲੱਗ ਚੁੱਕਿਆ ਸੀਗਾ। ਬਹੁਤ ਜ਼ਿਆਦਾ ਸਖਤਾਈ ਸੀਗੀ, ਮੈਨੂੰ ਬਹੁਤ ਜਾਣੇ ਕਹਿੰਦੇ ਸੀਗੇ ਵੀ ਤੁਸੀਂ ਗਏ ਨਹੀਂ ਹੈਗੇ, ਤੁਸੀਂ ਜਾਣਾ ਸੀਗਾ, ਤੁਸੀਂ ਜਾਣਾ ਸੀਗਾ, ਤੁਸੀਂ ਟ੍ਰਿਪ ਵਿਨ ਕੀਤਾ ਸੀਗਾ, ਕਿਉਂਕਿ ਜਿੰਨੇ ਜਣੇ ਨੇ ਵੀ ਮੈਨੂੰ ਸਪੋਰਟ ਕੀਤਾ ਸੀਗਾ ਹਰ ਕੋਈ ਚਾਹੁੰਦਾ ਸੀਗਾ ਵੀ ਜਲਦ ਤੋਂ ਜਲਦ ਅਸੀਂ ਦੇਖੀਏ ਤੁਸੀਂ ਕਿੱਥੇ ਜਾਂਦੇ ਹੋ। ਪਰ ਹੁਣ ਉਹ ਸਮਾਂ ਆ ਚੁੱਕਿਆ ਜੀ, ਟਿਕਟ ਹੋਟਲ ਬੁਕਿੰਗ ਸਭ ਕੁਛ ਏ ਜੀ ਜੈਡ ਸਾਡਾ ਫਾਈਨਲ ਹੋ ਚੁੱਕਿਆ, ਅਤੇ ਆਹ ਮੇਰੇ ਹੱਥ ਦੇ ਵਿੱਚ ਇਹ ਸਾਰੇ ਕਾਗਜ਼, ਅਤੇ ਜਿਹੜੀ ਡੈਸਟੀਨੇਸ਼ਨ ਉੱਤੇ ਅਸੀਂ ਜਾਣਾ ਵਾ, ਜਿਹੜੀ ਜਗ੍ਹਾ ਦੇ ਉੱਤੇ ਅਸੀਂ ਜਾਣਾ ਵਾ, ਉਹ ਤੁਹਾਡੇ ਲਈ ਸਰਪ੍ਰਾਈਜ਼ ਆ। ਅਸੀਂ ਕਿੱਥੇ ਜਾ ਰਹੇ ਹਾਂ ਉਹ ਤੁਹਾਨੂੰ ਆਉਣ ਵਾਲੀਆਂ ਚੱਲਦੇ ਜੀ ਜੋ ਵੀਡੀਓ ਆਉਣਗੀਆਂ ਹੁਣ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਵਾ। ਸੋ ਸਾਡੀ ਪੂਰੀ ਤਿਆਰੀ ਆ, ਹੈਪੀ ਵੀਰ ਨੂੰ ਅਸੀਂ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਕਿਉਂਕਿ ਉਹ ਸਾਡੇ ਨਾਲ ਨਹੀਂ ਜਾ ਰਹੇ। ਆਸਟ੍ਰੇਲੀਆ ਤੋਂ ਇੰਟਰਨੈਸ਼ਨਲ ਫਲੈਟਾਂ ਜੋ ਵੀ ਆ ਉੱਥੋਂ ਕਿਸੇ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ, ਨਾ ਕਿਸੇ ਨੂੰ ਜਾਣ ਦਿੱਤਾ ਜਾ ਰਿਹਾ। ਆਸਟ੍ਰੇਲੀਆ ਗੌਰਮੈਂਟ ਨੇ ਬਹੁਤ ਜ਼ਿਆਦਾ ਸਖਤਾਈ ਕੀਤੀ ਹੋਈ ਆ, ਇਸ ਲਈ ਵੀਰਾਂ ਸਾਡੇ ਨਾਲ ਨਹੀਂ ਜਾ ਰਿਹਾ ਹੈਗਾ। ਸੋ ਅਸੀਂ ਤਿੰਨ ਜਾਣੇ ਹਾਂ, ਤੀਜਾ ਬੰਦੇ ਨੂੰ ਤੁਸੀਂ ਜਾਣਦੇ ਹੋ, ਉਹ ਤੁਹਾਨੂੰ ਵੀਡੀਓ ਦੇ ਵਿੱਚ ਜਲਦੀ ਹੀ ਪਤਾ ਲੱਗ ਜਾਵੇ ਕੌਣ ਆ। ਸੋ ਮੇਰੀ ਫਸਟ ਟਰੈਵਲ ਹੈ ਇਹ, ਮੈਂ ਫਸਟ ਟਾਈਮ ਟਰੈਵਲ ਕਰਦਾ ਵਾਂ, ਮੈਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੋਈ ਹੋਈ ਆ, ਮੈਂ ਫਸਟ ਟਾਈਮ ਟਰੈਵਲ ਕਰਨੀ ਆ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਵੀ ਮੈਂ ਇੰਟਰਨੈਸ਼ਨਲ ਟ੍ਰਿਪ 'ਤੇ ਜਾ ਰਿਹਾ ਵਾਂ। ਜੋ ਮੇਰੇ ਨਾਲ ਮੁੰਡਾ ਉਹ ਸੈਕਿੰਡ ਟਾਈਮ ਜਾ ਰਿਹਾ ਵਾ। ਸੋ ਇੱਕ ਸਾਡੇ ਮਨ ਦੇ ਵਿੱਚ ਖੁਸ਼ੀ ਬਹੁਤ ਜ਼ਿਆਦਾ ਆ ਵੀ ਅਸੀਂ ਹੁਣ ਜਾ ਰਹੇ ਹਾਂ, ਅਤੇ ਫਿਰ ਤੁਹਾਨੂੰ ਜਲਦ ਤੋਂ ਜਲਦ ਅਸੀਂ ਬਹੁਤ ਕੁਛ ਦਿਖਾਉਣ ਵਾਲੇ ਹਾਂ, ਕਿਉਂਕਿ ਅਸੀਂ ਜਿੱਥੇ ਇੱਥੇ ਸ਼ੂਟ ਕਰਨਾ ਵਾ ਸਾਰੀ ਪਲੈਨਿੰਗ ਹੋਈ ਹੋਈ ਆ, ਸਭ ਕੁਛ ਓਕੇ ਆ, ਸਾਡੀ ਤਿਆਰੀ ਪੂਰੀ ਰੈਡੀ ਆ। ਸੋ ਬਹੁਤ ਜਲਦ ਅਸੀਂ ਤੁਹਾਨੂੰ ਦਿਖਾਵਾਂਗੇ। ਬਾਕੀ ਹੈਪੀ ਵੀਰਾਂ ਦਾ ਮੈਂ ਦਿਲੋਂ ਥੈਂਕ ਯੂ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ, ਕਿਉਂਕਿ ਇੱਦਾਂ ਦਾ ਗਿਵਵੇ ਵੀ ਕੋਈ ਕੋਈ ਕਰ ਸਕਦਾ, ਮੀਨਜ਼ ਬਹੁਤ ਵੱਡੀ ਦਲੇਰੀ ਵਾਲੀ ਗੱਲ ਆ ਇੱਕ ਗਿਵਵੇ ਕਰਾਉਣਾ, ਅਤੇ ਬਾਅਦ 'ਚੋਂ ਇੱਕ ਐਂ ਨਹੀਂ ਹੈਗਾ ਵੀ ਗੱਲਾਂ ਦੇ ਵਿੱਚ ਹੀ ਕਰਾ ਦੇਣਾ, ਜਿਵੇਂ ਮੰਨ ਲਓ ਕਿ ਗੱਲਾਂ ਦੇ ਵਿੱਚ ਗਿਵਵੇ ਕੋਈ ਵੀ ਆਪਾਂ ਕਰਵਾਤਾ, ਕੰਪੀਟੀਸ਼ਨ ਕਰਵਾਤਾ, ਬਾਅਦ ਵਿੱਚ ਆਪਾਂ ਕਹਿ ਦਈਏ ਵੀ ਕੋਈ ਨਾ ਚੱਲਾਂਗੇ, ਜਿਵੇਂ ਮੰਨ ਲਓ ਪਹਿਲਾਂ ਕੋਈ ਵੀ ਔਫਰ ਦਿੱਤੀ ਉਹਨਾਂ ਨੇ, ਅਤੇ ਉਹਨਾਂ ਨੇ ਕਿਹਾ ਸੀ ਵੀ ਇੰਟਰਨੈਸ਼ਨਲ ਟ੍ਰਿਪ 'ਤੇ, ਇੰਟਰਨੈਸ਼ਨਲ ਟ੍ਰਿਪ 'ਤੇ ਹੁਣ ਉਹ ਲੈ ਕੇ ਜਾ ਰਹੇ ਨੇ, ਸਾਨੂੰ ਬਹੁਤ ਖੁਸ਼ੀ ਦੀ ਗੱਲ ਆ। ਅੱਜ ਮੇਰੇ ਟੀ ਸ਼ਰਟ ਵਗੈਰਾ ਵੀ ਸਾਰਾ ਕੁਛ ਆ ਗਿਆ ਵੀਰੇ ਨੇ ਭੇਜਤਾ ਆਸਟ੍ਰੇਲੀਆ ਤੋਂ। ਇੱਕ ਗੱਲ ਜ਼ਰੂਰੀ ਸੱਚ, ਤੁਸੀਂ ਸਾਰੇ ਜਾਣੇ ਨੇ ਦੇਸੀ ਟੂਟਸ ਬਲੌਗ ਨੂੰ ਚੈਨਲ ਨੂੰ ਯੂਟਿਊਬ ਦੇ ਉੱਤੇ ਸਬਸਕ੍ਰਾਈਬ ਕਰ ਲਓ, ਅਤੇ ਬੈੱਲ ਆਈਕਨ ਨੂੰ ਕਲਿੱਕ ਕਰ ਲਿਓ, ਕਿਉਂਕਿ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਜਿਹੜੀ ਪਤਾ ਲੱਗ ਜਾਵੇ ਸਾਡੀ ਵੀਡੀਓ ਅਪਲੋਡ ਹੋਵੇਗੀ। ਥੋੜ੍ਹਾ ਜਿਹਾ ਕੋਵਿਡ ਦਾ ਚੱਕਰ ਸੀਗਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਹੁਣ ਫਿਰ ਦੁਬਾਰਾ ਤੋਂ ਵੈਸੇ ਹੋ ਰਿਹਾ ਕੋਵਿਡ ਦਾ ਚੱਕਰ, ਸਖਤਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ, ਤਾਂ ਹੀ ਸਾਨੂੰ ਇੱਥੋਂ ਟੈਸਟ ਹੋਣਾ, ਸਾਡਾ ਉੱਥੇ ਜਾ ਕੇ ਟੈਸਟ ਹੋਣਾ ਵਾ। ਸੋ ਆਈ ਹੋਪ ਵੀ ਸਾਰਿਆਂ ਦਾ ਨੈਗੇਟਿਵ ਆਵੇਗਾ, ਪਰਮਾਤਮਾ ਸਭ ਦਾ ਵਧੀਆ ਕਰੂਗਾ ਜੋ ਹੋਊਗਾ। ਸੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅਸੀਂ ਜਾ ਰਹੇ ਹਾਂ, ਹੁਣ ਸਾਡੀ ਤਿਆਰੀ ਪੂਰੀ ਹੈ ਜੀ, ਅਤੇ ਹੈਪੀ ਵੀਰੇ, ਮਿਸ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਜੀਤ ਸਿੰਘ, ਮੈਂ ਲੁਧਿਆਣੇ ਤੋਂ। ਤੁਸੀਂ ਸਾਰੇ ਮੈਨੂੰ ਜਾਣਦੇ ਹੋਵੋਗੇ ਕਿਉਂਕਿ ਤੁਸੀਂ ਮੈਨੂੰ ਪਹਿਲਾਂ ਥਾਈਲੈਂਡ ਵਾਲੀ ਵੀਡੀਓ ਵਿੱਚ ਦੇਖ ਚੁੱਕੇ ਹੋ। ਜਿਹੜੇ ਇਸ ਚੈਨਲ ਨਾਲ ਨਵੇਂ ਜੁੜੇ ਹਨ, ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਦੇਖਿਆ ਹੈ, ਤਾਂ ਉਹ ਥਾਈਲੈਂਡ ਵਾਲੀ ਸੀਰੀਜ਼ ਦੇਖ ਸਕਦੇ ਹਨ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਸੈਕਿੰਡ ਗਿਵਵੇ ਵਿਨਰ ਦੀ। ਸੈਕਿੰਡ ਗਿਵਵੇ ਕੰਪੀਟੀਸ਼ਨ ਜਨਵਰੀ ਵਿੱਚ ਅਸੀਂ ਜਿੱਤਿਆ ਸੀ, ਜਿਸ ਦੇ ਵਿਨਰ ਸਨ ਮਨਿੰਦਰ ਅਤੇ ਮੈਂ ਹਰਜੀਤ।
ਮਨਿੰਦਰ ਹੈਗਾ ਅਹਿਮਦਗੜ੍ਹ ਤੋਂ, ਅਤੇ ਉਹ ਵੀ ਗਿਵਵੇ ਦਾ ਵਿਨਰ ਸੀ, ਸੈਕਿੰਡ ਗਿਵਵੇ ਦਾ ਵਿਨਰ ਸੀ। ਅਤੇ ਮੈਂ ਹਰਜੀਤ ਲੁਧਿਆਣੇ ਤੋਂ, ਮੈਂ ਵੀ ਸੈਕਿੰਡ ਗਿਵਵੇ ਦਾ ਵਿਨਰ ਸੀ। ਅਤੇ ਹੁਣ ਅਸੀਂ ਜਿੱਤਣ ਤੋਂ ਬਾਅਦ ਇੰਟਰਨੈਸ਼ਨਲ ਟੂਰ 'ਤੇ ਫਿਰ ਜਾ ਰਹੇ ਹਾਂ। ਮੈਂ ਸੈਕਿੰਡ ਟਾਈਮ ਜਾ ਰਿਹਾ ਅਤੇ ਮਨਿੰਦਰ ਫਸਟ ਟਾਈਮ ਜਾ ਰਿਹਾ। ਅਸੀਂ ਗਿਵਵੇ ਕੰਪੀਟੀਸ਼ਨ ਜਨਵਰੀ ਵਿੱਚ 2020 'ਚ ਜਿੱਤ ਲਿਆ ਸੀ, ਬਟ ਕਰੋਨਾ ਸ਼ੁਰੂ ਹੋਣ ਕਰਕੇ ਸਾਰੀਆਂ ਵਰਲਡ ਦੀਆਂ ਇੰਟਰਨੈਸ਼ਨਲ ਫਲਾਈਟ, ਇੰਟਰਨੈਸ਼ਨਲ ਟਰੈਵਲਿੰਗ ਰੁਕ ਚੁੱਕੀ ਸੀ, ਤਾਂ ਫਿਰ ਅਸੀਂ ਨਹੀਂ ਜਾ ਸਕੇ। ਤਾਂ ਫਿਰ ਜਦੋਂ ਤੱਕ ਗੌਰਮੈਂਟ ਨੇ ਅਪਰੂਵਲ ਨਹੀਂ ਦਿੱਤੀ, ਤਾਂ ਉਦੋਂ ਤੱਕ ਅਸੀਂ ਨਹੀਂ ਜਾ ਸਕਦੇ ਸੀ, ਕਿਉਂਕਿ ਸੇਫਟੀ ਪਹਿਲਾਂ ਜ਼ਰੂਰੀ ਸੀ। ਤਾਂ ਹੁਣ ਉਹ ਟਾਈਮ ਆ ਗਿਆ, ਤਾਂ ਅਸੀਂ ਜਲਦੀ ਹੀ ਹੁਣ ਜਾ ਰਹੇ ਹਾਂ। ਅਤੇ ਅਸੀਂ ਜਾ ਕਿੱਥੇ ਰਹੇ ਹਾਂ, ਇਹ ਤੁਹਾਡੇ ਸਾਰਿਆਂ ਲਈ ਸਰਪ੍ਰਾਈਜ਼ ਆ। ਪਹਿਲਾਂ ਅਸੀਂ ਦੱਸ ਵੀ ਸਕਦੇ ਹਾਂ, ਬਟ ਅਸੀਂ ਇਹ ਸਰਪ੍ਰਾਈਜ਼ ਹੀ ਰੱਖਣਾ ਚਾਹੁੰਦੇ ਹਾਂ। ਅਤੇ ਜਦੋਂ ਅਸੀਂ ਉੱਥੇ ਪਹੁੰਚਾਂਗੇ, ਤਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਸਾਰਾ ਨਜ਼ਰ ਆਏਗਾ, ਤਾਂ ਅਸੀਂ ਕਿੱਥੇ ਗਏ ਹਾਂ, ਕਿਹੜੇ ਕੰਟਰੀ ਗਏ ਹਾਂ। ਅਤੇ ਅਸੀਂ ਤੁਹਾਨੂੰ ਇੱਕ ਛੋਟਾ ਜਿਹਾ ਗੈਸ ਦੇ ਸਕਦੇ ਹਾਂ ਵੀ ਅਸੀਂ ਕਿੱਥੇ ਜਾ ਰਹੇ ਹਾਂ। ਗੈਸ ਇਹੀ ਆ ਕਿ ਜਿਹੜੇ ਉੱਥੋਂ ਦੇ ਲੋਕਾਂ ਦਾ ਲਾਈਫ ਸਟਾਈਲ ਆ, ਕਾਫੀ ਜ਼ਿਆਦਾ ਐਕਸਪੈਂਸਿਵ ਆ, ਲਗਜ਼ਰੀ ਆ। ਅਤੇ ਉੱਥੇ ਇੱਕ ਗੈਸ ਹੋਰ ਦੇ ਦਿੰਦੇ ਹਾਂ, ਉੱਥੇ ਜਿੱਦਾਂ ਲਾਈਫ ਸਟਾਈਲ ਮਹਿੰਗਾ ਵਾ ਉੱਥੋਂ ਦੇ ਲੋਕਾਂ ਦਾ, ਅਤੇ ਉੱਥੇ ਪੈਟਰੋਲ ਬਿਲਕੁਲ ਸਸਤਾ ਵਾ ਬਾਕੀ ਕੰਟਰੀਆਂ ਨਾਲੋਂ। ਅਤੇ ਹੁਣ ਆਪਾਂ ਜਲਦੀ ਹੀ ਜਾ ਰਹੇ ਹਾਂ, ਸਾਨੂੰ ਖੁਸ਼ੀ ਵੀ ਆ ਕਿਉਂਕਿ ਅਸੀਂ ਕਾਫੀ ਟਾਈਮ ਇੰਤਜ਼ਾਰ ਕੀਤਾ ਇਸ ਚੀਜ਼ ਦਾ। ਇੰਤਜ਼ਾਰ ਵੀ ਕਾਹਦਾ, ਉਹ ਤਾਂ ਮਜਬੂਰੀ ਨੂੰ ਸਾਡੀ ਸੇਫਟੀ ਲਈ ਸੀਗਾ ਜੋ ਵੀ ਸੀਗਾ। ਅਤੇ ਇਹਦੇ ਵਿੱਚ ਹੁਣ ਅੱਗੇ ਅੱਗੇ ਤੁਸੀਂ ਵੀਡੀਓ ਦੇਖੋਗੇ ਅਸੀਂ ਕਿੱਥੇ ਕਿੱਥੇ ਜਾਂਦੇ ਹਾਂ, ਕਿਹੜੀ ਕਿਹੜੀ ਜਗ੍ਹਾ 'ਤੇ ਘੁੰਮਦੇ ਹਾਂ। ਅਤੇ ਜਿਹੜਾ ਇਹ ਸਾਡਾ ਕੰਪੀਟੀਸ਼ਨ ਸੀਗਾ, ਕਾਫੀ ਹਾਰਡ ਵੀ ਸੀਗਾ, ਕਾਫੀ ਇੰਟਰਸਟਿੰਗ ਵੀ ਸੀਗਾ। ਹਾਰਡ ਇਸ ਕਰਕੇ ਸੀਗਾ ਕਿਉਂਕਿ ਇਹਦੇ ਵਿੱਚ ਇਸ ਵਾਰ ਜੋ ਪਾਰਟੀਸਪੇਟ ਕਰ ਰਹੇ ਸੀ ਕਾਫੀ ਲੋਕ ਕਰ ਰਹੇ ਸਨ, ਲੁਧਿਆਣੇ ਤੋਂ ਵੀ ਸਨ, ਹੋਰ ਕਈ ਹੋਰ ਸ਼ਹਿਰਾਂ ਤੋਂ ਵੀ ਸੀ, ਜਿੱਦਾਂ ਮਾਨਸੇ ਤੋਂ, ਲੁਧਿਆਣੇ ਤੋਂ, ਅਹਿਮਦਗੜ੍ਹ ਤੋਂ, ਹੋਰ ਕਈ ਵੀ ਜਲੰਧਰ ਤੋਂ, ਹੋਰ ਕਈ ਏਰੀਆ 'ਚੋਂ ਲੋਕਾਂ ਨੇ ਪਾਰਟੀਸਪੇਟ ਕੀਤਾ। ਇਹਨਾਂ ਦੇ ਵਿੱਚ ਕਈਆਂ ਨੂੰ ਤਾਂ ਮੈਂ ਜਾਣਦਾ ਵੀ ਹਾਂ ਅਤੇ ਕਈਆਂ ਨੂੰ ਮੈਂ ਨਹੀਂ ਜਾਣਦਾ, ਕਈ ਮੇਰੇ ਲਈ ਨਵੇਂ ਸੀਗੇ। ਸੋ ਇਹ ਕੰਪੀਟੀਸ਼ਨ ਹਾਰਡ ਇਸ ਲਈ ਸੀਗਾ, ਕਈ ਵਾਰੀ ਵੋਟਿੰਗ ਅਪ ਹੋ ਜਾਂਦੀ ਸੀ, ਡਾਊਨ ਹੋ ਜਾਂਦੀ ਸੀ। ਬਟ ਮੇਰੇ ਲਈ ਹਾਰਡ ਜ਼ਿਆਦਾ ਤਾਂ ਸੀਗਾ ਕਿਉਂਕਿ ਜਦੋਂ ਮੈਂ ਕੰਪੀਟੀਸ਼ਨ ਸਟਾਰਟ ਕੀਤਾ, ਮੈਂ ਸਾਰਿਆਂ ਤੋਂ ਪਿੱਛੇ ਸੀ, ਕਾਫੀ ਟਾਈਮ ਤੱਕ ਮੈਂ ਪਿੱਛੇ ਰਿਹਾ। ਕਦੇ ਬਹੁਤ ਘੱਟ ਗਰੋਥ ਹੋ ਰਹੀ ਸੀ ਮੇਰੀ, ਕਿਉਂਕਿ ਮੇਰੇ ਕੋਲ ਇੰਨਾ ਲਿੰਕ ਨਹੀਂ ਸੀ, ਮੇਰੇ ਇੰਨੇ ਲਿੰਕ ਨਹੀਂ ਸੀ, ਨਾ ਹੀ ਮੈਂ ਇੰਨੇ ਲੋਕਾਂ ਨੂੰ ਜਾਣਦਾ ਸੀਗਾ। ਤਾਂ ਮੈਂ ਹੌਲੀ ਹੌਲੀ ਆਪਣੇ ਦੋਸਤਾਂ ਨੂੰ ਅੱਗੇ ਦੇ ਅੱਗੇ ਕਿਹਾ ਕਿ ਮੈਨੂੰ ਸਭ ਵੱਧ ਤੋਂ ਵੱਧ ਵੋਟ ਕਰਵਾਓ। ਅਤੇ ਕਈ ਤਾਂ ਆਰਾਮ ਨਾਲ ਹੀ ਕਰ ਦਿੰਦੇ ਸੀਗੇ ਵੋਟ, ਬਟ ਕਈ ਤਾਂ ਬੜੇ ਸੋਚ ਸਮਝ ਕੇ, ਸਵਾਲ ਜਵਾਬ ਕਰਕੇ ਤਾਂ ਕਿਤੇ ਜਾ ਕੇ ਵੋਟ ਕਰਦੇ ਸੀਗੇ। ਮੈਂ ਤਾਂ ਘੱਟੋ ਘੱਟ 20-25 ਦਿਨ ਤਾਂ ਸਭ ਤੋਂ ਪਿੱਛੇ ਹੀ ਰਿਹਾ, ਅਤੇ ਫਿਰ ਲਾਸਟ 'ਤੇ ਜਾ ਕੇ ਮੈਂ ਕਾਫੀ ਜ਼ਿਆਦਾ ਮਿਹਨਤ ਕੀਤੀ, ਕਾਫੀ ਲੋਕਾਂ ਦੇ ਕੋਲ ਗਿਆ, ਤਾਂ ਫਿਰ ਮੈਂ ਵੋਟਾਂ ਵੱਧ ਤੋਂ ਵੱਧ ਕਰਵਾਈਆਂ, ਤਾਂ ਜਾ ਕੇ ਮੈਂ ਬੜੀ ਮੁਸ਼ਕਲ ਨਾਲ ਉਸ ਸਟੇਜ ਤੱਕ ਪਹੁੰਚਿਆ। ਮੈਨੂੰ ਲਾਸਟ 'ਤੇ ਵੀ ਇੱਦਾਂ ਲੱਗ ਰਿਹਾ ਸੀਗਾ ਸ਼ਾਇਦ ਮੈਂ ਨਹੀਂ ਜਿੱਤੂੰਗਾ, ਬਟ ਫਿਰ ਵੀ ਮਿਹਨਤ ਕਰਕੇ ਮੈਂ ਜਿੱਤ ਹੀ ਗਿਆ। ਅਤੇ ਹੁਣ ਅਸੀਂ ਫਿਰ ਜਾ ਰਹੇ ਹਾਂ, ਤੁਸੀਂ ਵੀ ਇੱਦਾਂ ਜਾ ਸਕਦੇ ਹੋ, ਤੁਸੀਂ ਵੀ ਨੈਕਸਟ ਟਾਈਮ ਜਦੋਂ ਦੁਬਾਰਾ ਕਦੇ ਕੋਈ ਕੰਪੀਟੀਸ਼ਨ ਹੁੰਦਾ ਤਾਂ ਉਹ 'ਚ ਪਾਰਟੀਸਪੇਟ ਕਰਕੇ ਉਹਦੇ 'ਚ ਜਿੱਤ ਕੇ ਤੁਸੀਂ ਵੀ ਘੁੰਮਣ ਜਾ ਸਕਦੇ ਹੋ। ਹੁਣ ਅਸੀਂ ਜਾ ਰਹੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਆ। ਸੋ ਇੱਕ ਗੱਲ ਹੋਰ, ਮੈਂ ਹੈਪੀ ਵੀਰੇ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਹੀ ਮੈਨੂੰ ਸੈਕਿੰਡ ਵਾਰ ਚਾਂਸ ਮਿਲਿਆ ਜਾਣ ਦਾ, ਕਿਉਂਕਿ ਉਹਨਾਂ ਨੇ ਹੀ ਕੰਪੀਟੀਸ਼ਨ ਕਰਵਾਇਆ, ਤਾਂ ਹੀ ਮੈਂ ਕੰਪੀਟੀਸ਼ਨ ਵਿੱਚ ਪਾਰਟੀਸਪੇਟ ਕੀਤਾ। ਪਾਰਟੀਸਪੇਟ ਕਰਨ ਤੋਂ ਬਾਅਦ ਮੈਂ ਮਿਹਨਤ ਕਰਕੇ, ਚਲੋ ਥੋੜ੍ਹੀ ਬਹੁਤ ਮਿਹਨਤ ਵੀ ਲੱਗੀ ਆ, ਤਾਂ ਮੈਂ ਜਿੱਤਿਆ, ਤਾਂ ਹੀ ਮੈਂ ਜਾ ਰਿਹਾ। ਤਾਂ ਉਹਨਾਂ ਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ, ਅਤੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਆ, ਜਿਨ੍ਹਾਂ ਨੇ ਮੈਨੂੰ ਵੋਟਾਂ ਕੀਤੀਆਂ, ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਕਰਦਾ, ਕਿਉਂਕਿ ਇਹ ਦੋ ਰੀਜ਼ਨਾਂ ਕਰਕੇ ਹੀ ਮੈਂ ਇੰਟਰਨੈਸ਼ਨਲ ਟੂਰ 'ਤੇ ਜਾ ਰਿਹਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।